ਸਤਿਕਾਲ ਜੀ, ਹੋਰ ਸਭ ਠੀਕ ਠਾਕ ਹੋ? ਮੈਂ ਜਤਿੰਦਰ ਸਿੰਘ ਖਹਿਰਾ ਤੇ ਤੁਸੀਂ ਦੇਖਦੇ ਪਏ ਯੂਰਪ ਤੋਂ ਪੰਜਾਬੀ ਚੈਨਲ। ਅੱਜ ਆਪਾਂ ਗੱਲ ਕਰਦੇ ਹਾਂ 2022 ਵਾਲੇ ਜਿਹੜੇ ਪੇਪਰ ਖੁੱਲੇ ਸੀ ਉਹਨਾਂ ਬਾਰੇ ਤੇ ਕਨਵਰਸੀ ਉਹਨਾਂ ਦੇ ਜਿਹੜੇ ਦਮਾਂਦੇ ਵੱਜਦੇ ਨੇ ਉਹਨਾਂ ਬਾਰੇ ਦਾ। ਮੈਨੂੰ ਮੈਸੇਜ ਬਹੁਤ ਜ਼ਿਆਦਾ ਆਇਆ, ਮੈਂ ਸੋਚਿਆ ਚਲੋ ਵੀਡੀਓ ਬਣਾ ਲੈਂਦੇ ਹਾਂ ਅਤੇ ਸਾਰਿਆਂ ਨੂੰ ਪਤਾ ਲੱਗ ਜੂ। ਠੀਕ ਹੈ, ਇਹ ਜਿਹੜੇ ਪੇਪਰ ਕਨਵਰ ਸੀ ਉਹਨਾਂ ਦੇ ਜਿਹੜੇ ਦਮਾਂਦੇ ਹੋਣੇ ਸੀ ਨਾ, ਇਹਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਅਸੀਂ ਜਿੱਦਾਂ ਕੋਟਾ ਆਇਆ ਏ ਕਿ ਨਹੀਂ ਆਇਆ। ਜਿੱਦਾਂ ਜ਼ਿਆਦਾਤਰ ਆਪਾਂ ਵੀਡੀਓ ਜਿਹੜੀ ਬਣਾਉਂਦੇ ਹੋ ਇੱਦਾਂ ਕਹਿ ਦਈਦਾ 9 ਮਹੀਨੇ ਵਾਲੇ ਪੇਪਰ ਖੁੱਲ੍ਹ ਗਏ ਜੀ, ਚੱਕ ਦਿਉ ਰੱਖ ਦਿਉ ਜਿੱਦਾਂ। ਪਰ ਕਨਵਰ ਸੀ ਉਹਨਾਂ ਦੇ ਦਮਾਂਦਿਆਂ ਦੇ ਬਾਰੇ ਆਪਾਂ ਬਹੁਤ ਘੱਟ ਜਿੱਦਾਂ ਵੀਡੀਓ ਬਣਾਉਂਦੇ, ਕਿਉਂਕਿ ਬਹੁਤ ਘੱਟ ਲੋਕ ਦੇਖਦੇ ਨੇ। ਜ਼ਿਆਦਾਤਰ ਇੱਧਰੋਂ ਉੱਧਰੋਂ ਪਤਾ ਲੱਗ ਜਾਂਦਾ, ਜਾਂ ਜਿਹੜੇ ਬੰਦਿਆਂ ਰਾਹੀਂ ਪੇਪਰ ਭਰੇ ਤੇ ਉਹਨਾਂ ਤੋਂ ਪਤਾ ਲੱਗ ਜਾਂਦਾ, ਅਤੇ ਜਾਂ ਜਿੱਦਾਂ ਮਾਲਕਾਂ ਰਾਹੀਂ ਪਤਾ ਲੱਗ ਜਾਂਦਾ, ਜਾਂ ਇੱਕ ਅੱਧੀ ਵੀਡੀਓ ਬਣੀ ਹੁੰਦੀ ਉਸ ਤੋਂ ਜਿੱਦਾਂ ਜ਼ਿਆਦਾਤਰ ਪਤਾ ਲੱਗ ਜਾਂਦਾ, ਜਾਂ ਬੰਦਾ ਇੰਡੀਆ ਤੋਂ ਜਦੋਂ ਆਉਣਾ ਹੁੰਦਾ ਉਦੋਂ ਹੀ ਪਤਾ ਲੱਗ ਜਾਂਦਾ ਉਹਨੂੰ ਕਿ ਜਿੱਦਾਂ ਜਿਹੜਾ ਕਨਵਰਸ ਉਹਨਾਂ ਦਾ ਦਮਾਂਦਾ ਜਿਹੜਾ ਕਨਵਰਟ ਕਰਨ ਵਾਲੇ ਹੁੰਦੇ 9 ਮਹੀਨਿਆਂ ਤੋਂ ਸਾਲ ਵਾਲੇ, ਉਹਦਾ ਕੀ ਪ੍ਰੋਸੀਜਰ ਹੁੰਦਾ ਹੈ। ਬਟ ਕਈ ਬੰਦੇ ਹੁੰਦੇ ਆ ਜਿੱਦਾਂ ਸੱਜਣ ਬੇਲੀ ਜਿਹੜੇ ਉਦੋਂ ਇੰਟਰਸਟ ਘੱਟ ਰੱਖਦੇ ਨੇ, ਬਾਅਦ ਜਦੋਂ ਇੱਥੇ ਆਉਂਦੇ ਨੇ ਉਦੋਂ ਫਿਰ ਗੱਲਬਾਤ ਕਰਦੇ ਨੇ ਕਿ ਅਸੀਂ ਆਹਲਾ ਦਮਾਂਦਾ ਮਰਾਉਣਾ ਹੈ, ਜਿੱਦਾਂ ਇਹ ਕਰਨਾ ਹੈ, ਪੇਪਰ ਚੇਂਜ ਕਰਾਉਣੇ ਆ, ਅਤੇ ਇਹਦਾ ਜਿੱਦਾਂ ਕਦੋਂ ਦਮਾਂਦਾ ਵੱਜਣਾ ਹੈ ਅਤੇ ਕਦੋਂ ਇਹਦਾ ਕੋਟਾ ਆਉਣਾ ਹੈ। ਅਤੇ ਇਹਦੀ ਆਪਾਂ ਗੱਲ ਕਰਦੇ ਕਿ ਜਿਹੜਾ ਇਹ ਕੋਟਾ ਹੈ ਇਹ ਆ ਚੁੱਕਾ ਹੈ, ਇਹ 27 ਮਾਰਚ ਦੇ ਜਿਹੜੇ ਪੇਪਰ ਖੁੱਲ੍ਹੇ ਉਹਨਾਂ ਦੇ ਨਾਲ ਹੀ ਇਹ ਕੋਟਾ ਆਇਆ ਹੋਇਆ ਇਹਨਾਂ ਦਾ। ਯਾਨੀ ਕਿ ਜਿਹੜੇ 82,000 ਕੁਛ ਬੰਦਿਆਂ ਦੇ ਪੇਪਰ ਜਿਹੜੇ ਭਰੇ ਸੀ ਉਹ ਸਾਰੇ ਇੰਡੀਆ ਤੋਂ ਆਉਣ ਵਾਲੇ ਨਹੀਂ ਸੀ, ਉਹਨਾਂ ਵਿੱਚ ਜਿੱਦਾਂ ਵੱਖਰਾ ਇੱਕ ਕੋਟਾ ਹੁੰਦਾ ਕਨਵਰਸ ਹੋਣੇ ਦਾ, ਜਿੱਦਾਂ ਉਹ ਜਿਹੜਾ ਕੋਟਾ ਇਹਨਾਂ ਦਾ ਆ ਚੁੱਕਾ ਵਾ, ਅਤੇ ਤੁਸੀਂ ਆਪਣੇ ਮਾਲਕ ਨੂੰ ਜਾਂ ਆਪਣੇ ਏਜੰਟ ਨਾਲ ਜਿਹਦੇ ਨਾਲ ਤੁਸੀਂ ਗੱਲਬਾਤ ਕੀਤੀ ਹੋਈ ਆ ਉਸ ਨੂੰ ਪੁੱਛੋ, ਜਿੱਦਾਂ ਉਹ ਤੁਹਾਨੂੰ ਇਹਦੀ ਡਿਟੇਲ ਦੇਵੇਗਾ। ਅਤੇ ਇਹ ਪੇਪਰ ਭਰਨ ਦਾ ਜਿਹੜਾ ਕੋਈ ਕਹਿ ਸਕਦੇ ਕੋਈ ਵੱਖਰਾ ਇਹਦਾ ਟਾਈਮ ਨਹੀਂ ਹੁੰਦਾ, ਇਹ ਪੇਪਰ ਭਰੇ ਜਾ ਰਿਹਾ ਹੁਣ ਜਿੱਦਾਂ ਜਦੋਂ ਪੇਪਰ ਖੁੱਲ੍ਹੇ ਆ ਉਦੋਂ ਨਾਲ ਹੀ ਇਹਨਾਂ ਪੇਪਰ ਭਰੇ ਜਾ ਰਹੇ ਆ। ਅਤੇ ਇਹਨਾਂ ਦੀ ਜਿਹੜੀ ਵੈਲਿਡਿਟੀ ਹੈ, ਯਾਨੀ ਕਿ ਇਹਨਾਂ ਦੇ ਜਿਹੜੇ ਪੇਪਰ ਖੁੱਲ੍ਹਿਆਂ ਦੀ ਜਿਹੜੀ ਮਿਆਦ ਆ ਜਾਂ ਵੈਲਿਡ ਹੈ, ਕਦੋਂ ਤੱਕ ਦਮਾਂਦੇ ਆਪਣੇ ਵੱਜ ਸਕਦੇ ਆ, ਇਹ ਮੇਰੇ ਅੰਦਾਜ਼ੇ ਨਾਲ ਦਸੰਬਰ ਤੱਕ ਵੱਜ ਸਕਦੇ ਆ, ਅਤੇ ਤੁਸੀਂ ਇਹ ਦਮਾਂਦਾ ਆਪਣਾ ਚੇਂਜ ਕਰਾਉਂਦਾ ਜਿਹੜਾ ਦਮਾਂਦਾ ਮਾਰ ਸਕਦੇ ਜੇ। ਅਤੇ ਇਹਦੇ ਵਿੱਚ ਪੇਪਰ ਹੋਣ 'ਚ ਨਾ ਹੋਣ, ਯਾਨੀ ਕਿ ਮਤਲਬ ਇਹ ਨਹੀਂ ਕਿ ਜਿੱਦਾਂ ਵੀ ਤੁਸੀਂ 9 ਮਹੀਨਿਆਂ ਵਾਲੇ ਨਾ ਲਏ ਹੁਣ, ਬਟ ਮੇਰਾ ਇਹ ਮਤਲਬ ਹੈ ਕਿ ਭਾਵੇਂ ਤੁਹਾਡੇ ਕੋਲ ਸੰਜੋਰ ਨੂੰ ਨਹੀਂ ਆਈ ਜਿੱਦਾਂ 9 ਮਹੀਨਿਆਂ ਵਾਲੀ ਪਹਿਲੀ ਸੰਜੋਰ ਨੂੰ, ਬਟ ਤੁਸੀਂ ਜਿੱਦਾਂ ਇਹ ਦਮਾਂਦਾ ਜਿਹੜਾ ਕਰ ਸਕਦੇ। ਠੀਕ ਹੈ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਅਤੇ ਬਟ ਜਦੋਂ ਤੁਹਾਡੇ ਇਹ ਨੂਲਾ ਉਸਦਾ ਮਿਲਣਾ ਹੈ ਅਤੇ ਉਦੋਂ ਉਹਨਾਂ ਨੇ ਤੁਹਾਡੇ ਕੋਲੋਂ ਮੰਗਣੇ ਨੇ ਜਿੱਦਾਂ 39 ਦਿਨ ਭਰੇ ਹੋਣੇ ਚਾਹੀਦੇ ਆ ਕੰਟਰੈਕਟ ਦੇ ਵਿੱਚ, ਕੰਮ ਦਾ ਕੰਟਰੈਕਟ ਜਿਹੜਾ 39 ਦਿਨ ਹੋਣਾ ਚਾਹੀਦਾ 9 ਮਹੀਨਿਆਂ ਦਾ, ਯਾਨੀ ਕਿ ਅਖੀਰਲੇ ਬੂਸਤੇ ਪਾ ਕੇ ਉਹਨਾਂ ਦੇਖਣੇ ਆ, ਅਤੇ ਇਹ ਤੁਹਾਨੂੰ ਜਿਹੜਾ ਵਾ ਉਹ ਨੂਲਾ ਸਾ ਦੇ ਦੇਣਗੇ, ਤੁਸੀਂ ਜਮ੍ਹਾਂ ਕਰਾ ਦੇਣਾ ਹੈ ਅਤੇ ਤੁਹਾਨੂੰ ਪੇਪਰ ਜਿਹੜੇ ਮਿਲ ਸਕਦੇ। ਠੀਕ ਹੈ ਜੀ, ਵਿਆਸ ਕਰਦਾ ਇਹ ਵਾਲੇ ਤੁਸੀਂ ਜਿੱਦਾਂ ਜਿਹੜੀ ਤੁਸੀਂ ਗੱਲ ਮੈਨੂੰ ਪੁੱਛੀ ਆ ਉਹਦਾ ਤੁਹਾਨੂੰ ਜਿੱਦਾਂ ਸਮਝ ਲੱਗ ਗਈ ਹੋਊਗੀ। ਅਤੇ ਦੂਜੀ ਗੱਲ ਜਿਹੜੀ 2022 ਵਾਲੇ ਪੇਪਰ, 2022 ਵਾਲੇ ਪੇਪਰ ਜਿੱਥੋਂ ਤੱਕ ਮੇਰਾ ਦਿਲ ਕਹਿੰਦਾ ਹੈ ਕਿ ਹੁਣ ਨਿਗੇ ਨਿਕਲਣੇ, ਹੁਣ ਉਹਦਾ ਜਿੱਦਾਂ ਕੰਮ ਖਤਮ ਹੋ ਗਿਆ। 2023 ਵਾਲੇ ਪੇਪਰ ਜਿਹੜੇ ਇਹਨਾਂ ਬਾਰੇ ਜ਼ਿਆਦਾਤਰ ਚਰਚਾ ਚੱਲਦੀ ਪਈ ਆ, 2022 ਵਾਲੇ ਪੇਪਰ ਹੁਣ ਖਤਮ ਹੋ ਗਏ ਨੇ, ਤੁਸੀਂ ਆਪਣਾ ਹੋਰ ਕੋਈ ਇੰਤਜ਼ਾਮ ਕਰੋ। ਯਾਨੀ ਕਿ ਮਤਲਬ ਮੇਰਾ ਕਹਿੰਦਾ ਕਿ ਹੋਰ ਕੋਈ ਜਿੱਦਾਂ ਜੇ ਤੁਸੀਂ ਹੋਰ ਕੰਟਰੀ ਜਾਣਾ ਜਾਂ ਤੁਸੀਂ 2023 ਦੇ ਵਿੱਚ ਪੇਪਰ ਭਰੇ ਹੋਏ ਨੇ ਅਤੇ ਉਹਨਾਂ ਬਾਰੇ ਜਿੱਦਾਂ ਹੁਣ ਸੋਚੋ, 2022 ਦਾ ਜਿਹੜਾ ਵਾ ਉਹ ਕੋਟਾ ਮੇਰੇ ਅੰਦਾਜ਼ੇ ਨਾਲ ਖਤਮ ਹੋ ਚੁੱਕਾ ਹੈ। ਠੀਕ ਹੈ, ਅਤੇ ਇਸ ਕਰਕੇ 2022 ਦੀ ਜਿੱਦਾਂ ਹੁਣ ਮੇਰੇ ਹਿਸਾਬ ਨਾਲ ਜਿੱਦਾਂ ਵੀ ਨਹੀਂ ਕੋਈ ਅਪਡੇਟ ਆਉਣੀ ਨਵੀਂ ਜਿੱਦਾਂ, ਅਤੇ ਇਸ ਕਰਕੇ ਤੁਸੀਂ 2023 ਬਾਰੇ ਸੋਚੋ, ਜਾਂ ਹੋਰ ਜਿਹੜੇ ਵੀ ਤੁਸੀਂ ਕਿਤੇ ਪੇਪਰ ਲਾਉਣੇ ਨੇ ਤੁਸੀਂ ਲਾ ਸਕਦੇ, ਫਰੀਡਮ ਹੋ ਗਏ, ਕੋਈ ਇਹੋ ਜਿਹਾ ਚੱਕਰ ਨਹੀਂ। ਜੇ ਕੋਈ ਏਜੰਟ ਕਹਿੰਦਾ ਹੈ ਕਿ ਨਹੀਂ ਨਿਕਲ ਆਉਣਗੇ 2022 ਦੇ, ਤਾਂ ਮੇਰੇ ਹਿਸਾਬ ਨਾਲ ਮੁਸ਼ਕਿਲ ਹੈ, ਇੱਦਾਂ ਮੇਰੇ ਅੰਦਾਜ਼ੇ ਨਾਲ ਜਿੱਦਾਂ ਝੂਠ ਹੈ ਕਿ ਨਹੀਂ ਨਿਕਲ ਸਕਦੇ ਹੁਣ, ਔਖਾ ਹੈ ਇੱਦਾਂ। ਠੀਕ ਹੈ, ਬਾਕੀ ਜੇ ਕੋਈ ਚਿੱਠੀ ਚੁੱਠੀ ਆਈ ਹੋਵੇ ਕੋਈ ਉਹਨਾਂ ਦਾ ਪੇਪਰ ਰੁਕੇ ਹੁਣ, ਉਹ ਗੱਲ ਵੱਖਰੀ ਹੈ, ਬਟ ਉੱਦਾਂ ਜਿੱਦਾਂ ਵੀ ਹੁਣ ਪੇਪਰ 2022 ਵਾਲੇ ਨਹੀਂ ਨਿਕਲ ਰਹੇ। ਠੀਕ ਹੈ, ਅਤੇ ਆਪਾਂ ਨਵੀਂ ਵੀਡੀਓ ਲਾ ਕੇ ਫਿਰ ਜਲਦੀ ਹਾਜ਼ਰ ਹੁੰਦੇ ਹਾਂ, ਅਤੇ ਚਲੋ ਫਿਰ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।